ਸਤਿ ਸ਼੍ਰੀ ਅਕਾਲ, ਵੈਲਕਮ ਟੂ ਬਲੂਬਰ ਟ੍ਰੀਵੋ। ਜੇ ਤੁਸੀਂ ਟਰੈਵਲ ਕਰਨਾ ਚਾਹੁੰਦੇ ਹੋ ਟਰੈਵਲ ਹਿਸਟਰੀ ਵਾਸਤੇ, ਯਾਨੀ ਤੁਹਾਡਾ ਪਲਾਨ ਹੈ ਕਿ ਤੁਸੀਂ ਇੱਕ ਵਧੀਆ ਟਰੈਵਲ ਹਿਸਟਰੀ ਬਣਾਉਣਾ ਚਾਹੁੰਦੇ ਹੋ ਕਿਸੇ ਵਧੀਆ ਕੰਟਰੀ 'ਚ ਵੀਜ਼ਾ ਲੈਣ ਲਈ, ਜਿਵੇਂ ਕਿ ਕਈਆਂ ਦਾ ਪਲਾਨ ਹੁੰਦਾ ਹੈ ਕਿ ਉਹ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਚਾਹੁੰਦੇ ਨੇ ਜਾਂ ਫਿਰ US ਦਾ ਵੀਜ਼ਾ ਲੈਣਾ ਚਾਹੁੰਦੇ ਨੇ, ਅਤੇ ਮਤਲਬ ਇਹਨਾਂ ਕੰਟਰੀਜ਼ ਦਾ ਤੁਸੀਂ ਵੀਜ਼ਾ ਲੈਣਾ ਜਾ ਰਹੇ ਹੋ ਤਾਂ ਤੁਹਾਡਾ ਇੱਕ ਟਰੈਵਲ ਹਿਸਟਰੀ ਬਣਾਉਣਾ ਚਾਹ ਰਹੇ ਹੋ, ਭਾਵੇਂ ਤੁਸੀਂ ਸ਼ੈਂਗਨ ਵੀਜ਼ਾ ਲੈਣਾ, ਕੈਨੇਡਾ ਲੈਣਾ, UK ਲੈਣਾ, ਤਾਂ ਟਰੈਵਲ ਹਿਸਟਰੀ ਤੁਹਾਨੂੰ ਪਲੱਸ ਪੁਆਇੰਟ ਦੇ ਦਿੰਦੀ ਹੈ। ਬਟ ਇੱਕ ਚੀਜ਼ ਹੋਰ ਵੀ ਹੈ ਕਿ ਐਵੇਂ ਨਹੀਂ ਹੈ ਕਿ ਇਹ ਕੰਟਰੀਜ਼ ਫਰੈਸ਼ ਪਾਸਪੋਰਟ 'ਤੇ ਵੀਜ਼ਾ ਨਹੀਂ ਦਿੰਦੇ ਆ, ਤੁਸੀਂ ਕੈਨੇਡਾ ਦੇ ਫਰੈਸ਼ ਪਾਸਪੋਰਟ 'ਤੇ ਵੀਜ਼ਾ ਲੈ ਸਕਦੇ ਹੋ, ਇਹਦੀ ਡੇਟ 'ਚ ਵੀਜ਼ਾ ਆ ਰਹੇ ਨੇ, ਤੁਸੀਂ UK ਦਾ ਫਰੈਸ਼ ਪਾਸਪੋਰਟ 'ਤੇ ਵੀਜ਼ਾ ਲੈ ਸਕਦੇ ਹੋ, ਸ਼ੈਂਗਨ ਦਾ ਫਰੈਸ਼ ਪਾਸਪੋਰਟ 'ਤੇ ਵੀਜ਼ਾ ਲੈ ਸਕਦੇ ਹੋ, ਈਵਨ ਆਸਟ੍ਰੇਲੀਆ ਦੇ ਫਰੈਸ਼ ਪਾਸਪੋਰਟ 'ਤੇ ਵੀਜ਼ਾ ਲੱਗਦੇ ਆ, US ਵੀ ਫਰੈਸ਼ ਪਾਸਪੋਰਟ 'ਤੇ ਵੀਜ਼ਾ ਦਿੰਦਾ। ਬਟ ਫਿਰ ਵੀ ਕਈ ਵਾਰ ਕੀ ਹੁੰਦਾ ਕਿਸੇ ਦਾ ਵੀਜ਼ਾ ਰਿਫਿਊਜ਼ ਹੋ ਰਿਹਾ ਵਾਰ ਵਾਰ, ਤਾਂ ਉਹ ਸੋਚਦੇ ਆ ਕਿ ਟਰੈਵਲ ਹਿਸਟਰੀ ਬਣਾ ਕੇ ਕੁਝ ਪਲੱਸ ਪੁਆਇੰਟ ਲੈ ਜਾਣ, ਅਤੇ ਪਲੱਸ ਪੁਆਇੰਟ ਉਹਦੇ ਮਿਲਦੇ ਵੀ ਨੇ। ਉੱਥੇ ਸਭ ਦੇਖਦੇ ਆ ਕਿ ਕਿਹੜੀ ਕੰਟਰੀ ਵਿੱਚ ਟਰੈਵਲ ਕਰੀਏ ਜਿਹਦੇ ਨਾਲ ਸਾਡੇ ਵੀਜ਼ਾ ਦੇ ਚਾਂਸ ਜਿਹੜੇ ਆ ਹਾਈ ਹੋ ਜਾਣ। ਉਸ ਟਾਈਮ ਕਾਫੀ ਲੋਕ ਜਿਹੜੇ ਆ ਡਿਫਰੈਂਟ ਕੰਟਰੀ ਚੂਜ਼ ਕਰਦੇ ਆ, ਜਿਵੇਂ ਦੁਬਈ ਟਰੈਵਲ ਕਰਦੇ ਨੇ, ਦੈਨ ਫਿਰ ਸਿੰਗਾਪੁਰ, ਮਲੇਸ਼ੀਆ, ਇੰਡੋਨੇਸ਼ੀਆ, ਐਵੇਂ ਦੀ ਕੰਟਰੀਜ਼ ਟਰੈਵਲ ਕਰਦੇ ਨੇ ਜਿਹਦੇ ਨਾਲ ਕਿ ਉਹਨਾਂ ਦੀ ਟਰੈਵਲ ਹਿਸਟਰੀ ਜਿਹੜੀ ਆ ਵਧੀਆ ਹੁੰਦੀ ਹੈ। ਇਹ ਕੰਟਰੀ ਐਵੇਂ ਨਹੀਂ ਹੈ ਕਿ ਇਹਨਾਂ ਕੰਟਰੀ ਟਰੈਵਲ ਹਿਸਟਰੀ ਜਿਹੜੀ ਆ ਕੰਸੀਡਰ ਨਹੀਂ ਹੁੰਦੀ, ਇਹਨਾਂ ਕੰਟਰੀਜ਼ ਦੇ ਵਿੱਚ ਵੀ ਟਰੈਵਲ ਹਿਸਟਰੀ ਜਿਹੜੀ ਆ ਕੰਸੀਡਰ ਹੁੰਦੀ ਹੈ। ਬਟ ਇਸ ਤੋਂ ਇਲਾਵਾ ਵੀ ਕੁਛ ਐਵੇਂ ਦੀ ਕੰਟਰੀਜ਼ ਨੇ, ਜੇ ਤੁਹਾਡਾ ਉਹਨਾਂ ਕੰਟਰੀਜ਼ ਦੇ ਵਿੱਚ ਵੀਜ਼ਾ ਲੱਗ ਜੇ, ਦੈਨ ਤੁਹਾਡੇ ਲਈ ਜਿਹੜੀ ਅਦਰ ਕੰਟਰੀਜ਼ ਨੇ ਜਿਹਨਾਂ ਬਾਰੇ ਆਪਾਂ ਪਹਿਲਾਂ ਗੱਲ ਕੀਤੀ ਹੈ, ਮੇਨ ਕੰਟਰੀਜ਼ ਵੀ ਕਹਿ ਸਕਦੇ ਹੋ, ਜਿਵੇਂ US, ਕੈਨੇਡਾ, UK, ਆਸਟ੍ਰੇਲੀਆ, ਇਹਨਾਂ ਵਿੱਚ ਤੁਹਾਡੇ ਜਿਹੜੇ ਨੇ ਰਾਹ ਈਜ਼ਲੀ ਓਪਨ ਹੋ ਜਾਂਦੇ ਨੇ। ਉਹਨਾਂ ਕੰਟਰੀਜ਼ ਵਿੱਚ ਜਿਹੜਾ ਨਾਮ ਆਉਂਦਾ ਹੈ, ਜਿਵੇਂ ਟਰਕੀ ਦਾ ਤੁਹਾਡੇ ਕੋਲ ਟੂਰਿਸਟ ਵੀਜ਼ਾ ਹੋਵੇ, ਟਰਕੀ ਦੇ ਟੂਰਿਸਟ ਵੀਜ਼ਾ 'ਤੇ ਤੁਹਾਨੂੰ ਜਿਹੜੀ ਹੈ ਬੜੇ ਈਜ਼ਲੀ ਉਸ ਤੋਂ ਬਾਅਦ ਸ਼ੈਂਗਨ ਵੀਜ਼ਾ ਮਿਲ ਜਾਂਦਾ। ਜੇ ਤੁਸੀਂ ਸਾਊਥ ਅਫਰੀਕਾ ਦਾ ਵੀਜ਼ਾ ਲੈਂਦੇ ਹੋ, ਸਾਊਥ ਅਫਰੀਕਾ ਟਰੈਵਲ ਕਰਕੇ ਆ ਜਾਂਦੇ ਹੋ, ਦੈਨ ਤੁਹਾਡੇ ਹੋਰ ਚਾਂਸ ਵੱਧ ਜਾਂਦੇ ਆ ਕਿ ਤੁਸੀਂ ਆਪਣਾ, ਉਹ ਤੋਂ ਬਾਅਦ ਕੈਨੇਡਾ ਵੀਜ਼ਾ ਤੁਹਾਡੇ ਲਈ ਈਜ਼ੀ ਹੋ ਜਾਂਦਾ ਹੈ, ਤੁਹਾਡਾ ਬ੍ਰਾਜ਼ੀਲ ਵੀਜ਼ਾ ਈਜ਼ੀ ਹੋ ਜਾਂਦਾ ਹੈ, ਦੈਨ ਤੁਹਾਡੇ ਲਈ ਵੀਜ਼ਾ ਲੈਣਾ US ਦਾ ਵੀ ਈਜ਼ੀ ਹੁੰਦਾ ਹੈ, ਉਸ ਤੋਂ ਬਾਅਦ ਆਸਟ੍ਰੇਲੀਆ, UK ਇਹਨਾਂ ਕੰਟਰੀਜ਼ ਦੇ ਵਿੱਚ ਥੋੜ੍ਹਾ ਈਜ਼ੀ ਹੋ ਜਾਂਦਾ, ਤੁਹਾਨੂੰ ਪਲੱਸ ਪੁਆਇੰਟ ਕਾਫੀ ਮਿਲ ਜਾਂਦੇ ਆ। ਅਤੇ ਜੇ ਤੁਸੀਂ ਇਕੱਲੇ ਵੀ ਸਾਊਥ ਅਫਰੀਕਾ ਟਰੈਵਲ ਹੋ, ਦੈਨ ਈਵਨ ਤੁਹਾਡੇ ਲਈ ਉਹ ਬਹੁਤ ਬੈਨੀਫਿਸ਼ੀਅਲ ਹੁੰਦਾ, ਤੁਸੀਂ ਦੁਬਈ, ਸਿੰਗਾਪੁਰ, ਮਲੇਸ਼ੀਆ, ਥਾਈਲੈਂਡ ਮਿਲਾ ਕੇ ਜਿੰਨਾ ਕੋਸਟ ਕਰਨੀ ਹੈ ਉਸ ਤੋਂ ਕਾਫੀ ਘੱਟ ਕੋਸਟ ਦੇ ਵਿੱਚ ਤੁਹਾਨੂੰ ਤੁਸੀਂ ਸਾਊਥ ਅਫਰੀਕਾ ਟਰੈਵਲ ਕਰਕੇ ਆ ਸਕਦੇ ਹੋ, ਵੀਜ਼ਾ ਇੰਕਲੂਡ ਕਰਕੇ, ਮਤਲਬ ਸਾਰੀ ਕੋਸਟ ਜਿਹੜੀ ਹੈ ਘੱਟ ਪੈ ਜਾਂਦੀ ਹੈ, ਅਤੇ ਉਹਦੀ ਜਿਹੜੀ ਟਰੈਵਲ ਹਿਸਟਰੀ ਹੈ ਇਹਨਾਂ ਕੰਟਰੀਜ਼ ਨਾਲੋਂ ਕਿਤੇ ਸਟਰੋਂਗ ਮੰਨੀ ਜਾਂਦੀ ਹੈ। ਇਸ ਤਰੀਕੇ ਨਾਲ ਜੇ ਤੁਹਾਡਾ ਪਲਾਨ ਹੈ ਟਰੈਵਲ ਹਿਸਟਰੀ ਬਣਾਉਣ ਦਾ, ਤਾਂ ਇੱਕ ਵਧੀਆ ਕੰਟਰੀ ਚੂਜ਼ ਕਰਕੇ ਅਪਲਾਈ ਕਰੋਗੇ ਅਤੇ ਤੁਹਾਡੇ ਵੀਜ਼ਾ ਦੇ ਚਾਂਸ ਜਿਹੜੇ ਆ ਹਾਈ ਰਹਿਣਗੇ, ਤੁਹਾਨੂੰ ਵੀਜ਼ਾ ਲੈਣ ਦੇ ਵਿੱਚ ਪ੍ਰੋਬਲਮ ਨਹੀਂ ਆਉਣਗੀਆਂ। ਇੱਕ ਗੱਲ ਹੋਰ ਹੈਗੀ ਹੈ ਕਿ ਜੇ ਤੁਹਾਡੀ ਟਰੈਵਲ ਹਿਸਟਰੀ ਤੁਸੀਂ ਬਣਾ ਰਹੇ ਹੋ, ਤਾਂ ਇਹ ਹਮੇਸ਼ਾ ਤੁਹਾਡੀ ਗਰੰਟੀ ਨਹੀਂ ਹੁੰਦੀ ਕਿ ਤੁਹਾਡੀ ਜਿਹੜੀ ਹੈ ਵੀਜ਼ਾ ਆਏਗਾ ਹੀ ਆਏਗਾ, ਬਟ ਕੀ ਇਹਦੇ ਨਾਲ ਤੁਹਾਡੇ ਵੀਜ਼ਾ ਦੇ ਚਾਂਸ ਵੱਧਦੇ ਨੇ। ਅਤੇ ਇਸ ਕਰਕੇ ਜੇ ਤੁਹਾਡਾ ਪਲਾਨ ਹੈ ਇਸ ਤਰੀਕੇ ਨਾਲ ਟਰੈਵਲ ਹਿਸਟਰੀ ਬਣਾਉਣ ਦਾ, ਤਾਂ ਦੈਨ ਕੰਟਰੀ ਉਹ ਚੂਜ਼ ਕਰੋ ਜਿਹਦੀ ਵੈਲਿਊ ਜ਼ਿਆਦਾ ਹੋਵੇ, ਜਿਹਦੀ ਤੁਹਾਨੂੰ ਕੱਲ੍ਹ ਨੂੰ ਬੈਨੀਫਿਟ ਜ਼ਿਆਦਾ ਹੋਵੇ, ਕਿਉਂਕਿ ਤੁਸੀਂ ਪੈਸਾ ਲਾ ਰਹੇ, ਇਨਵੈਸਟ ਕਰ ਰਹੇ ਹੋ ਆਪਣੀ ਟਰੈਵਲ ਹਿਸਟਰੀ ਬਣਾਉਣ ਦੇ ਵਿੱਚ, ਅਤੇ ਉਸ ਕੇਸ ਦੇ ਵਿੱਚ ਐਵੇਂ ਦੀ ਕੰਟਰੀਜ਼ ਦੀ ਟਰੈਵਲ ਹਿਸਟਰੀ ਨਾ ਬਣੇ ਜਿਹੜੀ ਕੱਲ੍ਹ ਨੂੰ ਤੁਹਾਨੂੰ ਬੈਨੀਫਿਟ ਨਾ ਦੇਵੇ। ਅਤੇ ਜ਼ਿਆਦਾ ਬੈਨੀਫਿਟ ਲੈਣ ਲਈ ਤੁਹਾਡੇ ਲਈ ਇਹੀ ਹੈ ਕਿ ਤੁਸੀਂ ਆਪਣਾ ਐਵੇਂ ਦੀ ਕੰਟਰੀ ਚੂਜ਼ ਕਰੋ ਜਿੱਥੇ ਤੁਹਾਨੂੰ ਚਾਂਸਸ ਹਾਈ ਹੋਣ ਆਉਣ ਵਾਲੇ ਟਾਈਮ ਦੇ ਵਿੱਚ। ਉਹਨਾਂ 'ਚ ਸਾਊਥ ਅਫਰੀਕਾ, ਟਰਕੀ, ਇਹ ਦੋ ਬੈਸਟ ਕੰਟਰੀਜ਼ ਜਿਹੜੀਆਂ ਨੇ ਮੰਨੀਆਂ ਜਾਂਦੀਆਂ ਨੇ, ਅਤੇ ਜਿਹਨਾਂ ਵਿੱਚ ਵੀਜ਼ਾ ਅਪਲਾਈ ਕਰਨਾ ਹੋਵੇ ਤੁਸੀਂ ਖੁਦ ਵੀ ਵੀਜ਼ਾ ਅਪਲਾਈ ਕਰ ਸਕਦੇ ਹੋ, ਬੜਾ ਈਜ਼ੀ ਪ੍ਰੋਸੈਸ ਹੈ। ਬਟ ਜੇ ਤੁਹਾਨੂੰ ਸਮਝ ਨਾ ਆਏ, ਤੁਸੀਂ ਤੁਹਾਨੂੰ ਟੀਮ ਦੀ ਸਾਡੀ ਦੀ ਹੈਲਪ ਚਾਹੀਦੀ ਹੋਵੇ, ਦੈਨ ਤੁਸੀਂ ਸਾਡੀ ਟੀਮ ਨਾਲ ਕੋਂਟੈਕਟ ਕਰਕੇ ਵੀ ਅਪਲਾਈ ਕਰਵਾ ਸਕਦੇ ਹੋ। ਅਤੇ ਮਿਲਦੇ ਫਿਰ ਇੱਕ ਨਵੀਂ ਵੀਡੀਓ 'ਚ ਨਵੀਂ ਇਨਫੋਰਮੇਸ਼ਨ ਦੇ ਨਾਲ। ਸਤਿ ਸ਼੍ਰੀ ਅਕਾਲ।